ਸਾਰਿਆਂ ਦਾ ਸਵਾਗਤ ਹੈ ਆਪਣੇ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇ। ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਮੰਡੀ 'ਚ, ਇੰਡੋ ਫਾਰਮ ਡਬਲ ਕਲੱਚ 3055 ਜਿਹੜਾ ਕਿ ਮਾਡਲ ਹੈ ਉਹ ਆਪਣੇ ਸਾਹਮਣੇ ਹੈ। ਬਿਲਕੁਲ ਟਾਇਰ ਬਿਲਕੁਲ ਓਕੇ ਕੰਡੀਸ਼ਨ 'ਚ ਨੇ ਜੇ ਗੱਲ ਕੀਤੀ ਜਾਵੇ, ਅਤੇ ਜੇ ਪ੍ਰਾਈਸ ਪਰੂਈਸ ਦੀ ਗੱਲ ਕੀਤੀ ਜਾਵੇ ਟੋਪ ਮਾਡਲ 'ਚ ਆਉਂਦਾ ਜੀ। 15 ਮਾਡਲ ਹੈ ਅਤੇ 3,28,000 ਰੁਪਇਆ ਡਿਮਾਂਡ ਹੈ। ਪਾਵਰ ਸਟੀਅਰਿੰਗ ਹੈ ਜੀ, ਡਬਲ ਕਲੱਚ ਹੈ, ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ, ਅਤੇ ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਮੰਡੀ ਹੈ ਜੀ। ਦੇਖ ਸਕਦੇ ਤੁਸੀਂ ਕੋਈ ਇਹੋ ਜਿਹਾ ਕੋਈ ਟਰੈਕਟਰ ਨਹੀਂ ਜਿਹੜਾ ਇੱਥੇ ਨਾ ਆਇਆ ਹੋਵੇ। ਬਹੁਤ ਭਰੀ ਹੋਈ ਮੰਡੀ, ਬਹੁਤ ਜ਼ਿਆਦਾ ਏਸ਼ੀਆ ਦੀ ਵੱਡੀ ਮੰਨ ਲਓ, ਸਾਰਿਆਂ ਨਾਲੋਂ ਵੱਡੀ ਮੰਡੀ। ਅਤੇ ਸਵਰਾਜ 855 4 ਸਟਾਰ ਰਿਵਰਸ PTO ਪਾਵਰ ਸਟੀਅਰਿੰਗ ਹੈ ਜੀ, 14 ਮਾਡਲ ਹੈ ਅਤੇ 4,70,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਤੁਸੀਂ ਕੰਡੀਸ਼ਨ, ਟਰੈਕਟਰ ਦੀ ਬਿਲਕੁਲ ਸਾਫ਼ ਹੈ, ਟਰੈਕਟਰ ਦੇਖ ਸਕਦੇ ਜਮਾਂ ਓਕੇ ਕੰਡੀਸ਼ਨ 'ਚ, ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਜੇ ਦੇਖ ਗੱਲ ਕੀਤੀ ਜਾਵੇ। ਅਤੇ ਅਗਲੀ ਸਾਈਡ ਮਹਿੰਦਰਾ ਦਾ, ਜਿਹੜੇ ਲੋਕ ਬਹੁਤ ਮੰਗਦੇ ਆ ਪਾਵਰ ਸਟੀਅਰਿੰਗ ਹੋਣਾ ਚਾਹੀਦਾ ਨਾ, ਨਵਾਂ ਹੀ ਲੱਗਾ ਖੜਾ, ਅਤੇ 265 DI XP+ 6 ਈਅਰ ਵਾਰੰਟੀ ਆਉਂਦੀ ਇਹਦੀ, ਅਤੇ ਪਾਵਰ ਸਟੀਅਰਿੰਗ ਆਉਂਦਾ ਬੈਂਡ ਹਿੱਸੇ 'ਤੇ ਜੇ ਗੱਲ ਕੀਤੀ ਹੈ, ਬੈਂਡ ਹਿੱਸੇ 'ਤੇ ਪਾਵਰ ਸਟੀਅਰਿੰਗ ਆ, ਟਾਇਰ ਬਿਲਕੁਲ ਓਕੇ ਨੇ, ਪੰਜਾਬ ਨੰਬਰ ਹੈ। ਅਤੇ ਜੇ ਇਹਦਾ ਪ੍ਰਾਈਸ ਦੀ ਗੱਲ ਕੀਤੀ ਜਾਵੇ ਤਾਂ 22 ਮਾਡਲ ਆਉਂਦਾ, 4,65,000 ਰੁਪਏ ਡਿਮਾਂਡ 'ਚ। ਅਤੇ ਜਿਹੜੇ ਪ੍ਰਾਈਸ ਹੁੰਦੇ ਨੇ ਫਿਕਸ ਨਹੀਂ ਹੁੰਦੇ, ਤੁਸੀਂ ਆਓਗੇ ਇੱਥੇ ਹੈ ਨਾ ਲੈਣ ਟਰੈਕਟਰ, ਤਾਂ ਇੱਥੇ ਅੱਗੇ ਪਿੱਛੇ ਹੁੰਦੇ ਨੇ, ਠੀਕ ਹੈ। ਬਿਲਕੁਲ ਨਵਾਂ ਟਰੈਕਟਰ ਖੜਾ, ਕੋਈ ਕਮੀ ਪੇਸ਼ੀ ਟਰੈਕਟਰ ਦੇ ਵਿੱਚ। ਇੱਧਰ 50-55 ਜੌਂਡੀਅਰ ਦੀ ਗੱਲ ਕੀਤੀ ਜਾਵੇ, ਇਹ ਹੈਗਾ 13 ਮਾਡਲ ਹੈ, 50 ਨੰਬਰ ਹੈ ਜੀ, 4,95,000 ਰੁਪਇਆ ਡਿਮਾਂਡ ਹੈ। ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਜੇ, ਕੋਈ ਕਮੀ ਪੇਸ਼ੀ ਨਹੀਂ ਟਾਇਰਾਂ ਦੀ, ਅਤੇ ਰੰਗ ਰੋਗਨ ਦਾ ਵੀ ਬਿਲਕੁਲ ਓਕੇ ਹੈ ਜੇ ਗੱਲ ਕੀਤੀ ਜਾਵੇ। ਅਤੇ ਸਾਈਡ ਗੇਅਰ ਆਉਂਦਾ ਜੀ ਅਰਜਨ, ਮਹਿੰਦਰਾ ਦਾ ਅਰਜਨ ਅਲਟਰਾ 1 555। ਦੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ ਆ, ਅਤੇ ਪਾਵਰ ਸਟੀਅਰਿੰਗ ਹੈ, 50 ਨੰਬਰ ਹੈ ਜੀ, 18 ਮਾਡਲ, 5,10,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਜੇ ਕੋਈ ਕਮੀ ਪੇਸ਼ੀ ਟਰੈਕਟਰ ਦੇ ਵਿੱਚ, ਅਤੇ ਦੇਖ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ ਆ। ਸੋਨਾਲੀਕਾ ਇੰਟਰਨੈਸ਼ਨਲ 60 DI ਜੇ ਗੱਲ ਕੀਤੀ ਜਾਵੇ, ਸੋਨਾਲੀਕਾ ਦੀ 50 ਨੰਬਰ ਹੈ, 7 ਮਾਡਲ ਹੈ, 3,43,000 ਰੁਪਇਆ ਡਿਮਾਂਡ ਹੈ। ਮੰਡੀ ਫੁੱਲ ਚਰਚਾ 'ਚ ਹੈ, ਫੁੱਲ ਭੀੜ ਹੈ ਮੰਡੀ 'ਚ, ਜੇ ਦੇਖਿਆ ਜਾਵੇ ਮਾਰਕੀਟ ਬਿਲਕੁਲ ਉੱਤੇ ਆ, ਟੋਪ ਲੈਵਲ 'ਤੇ ਚੱਲੀ ਜਾਂਦੇ, ਫਿਰ ਵੀ ਪ੍ਰਾਈਸ ਠੀਕ ਨੇ ਮੰਡੀ ਦੇ। ਇੱਧਰਲੀ ਸਾਈਡ 605 ਖੜਾ ਅਰਜਨ ਮਹਿੰਦਰਾ ਦਾ ਅਲਟਰਾ 1, ਇਹ ਹੈਗਾ 8 ਮਾਡਲ ਹੈ, HR ਨੰਬਰ ਹੈ, ਪਾਵਰ ਸਟੀਅਰਿੰਗ ਹੈ, 3,45,000 ਰੁਪਇਆ ਡਿਮਾਂਡ ਹੈ। ਟਾਇਰ ਬਿਲਕੁਲ ਓਕੇ ਨੇ ਜੀ, ਜਿਹੜੀ ਗੱਲ ਹੈ ਟਾਇਰ ਬਿਲਕੁਲ ਓਕੇ ਨੇ, ਕੰਡੀਸ਼ਨ ਤੁਹਾਡੇ ਸਾਹਮਣੇ ਆ, ਬਾਕੀ ਰੰਗ ਰੋਗਨ ਆਲ ਓਰੀਜਨਲ ਹੈ ਜੀ। ਇੱਧਰਲੀ ਸਾਈਡ HMT 3511 ਜੇ ਗੱਲ ਕੀਤੀ ਜਾਵੇ, 1,20,000 ਰੁਪਇਆ ਰੇਟ ਹੈ ਜੀ, ਮਾਡਲ ਹੈਗਾ 93 ਅਤੇ ਸਿੰਪਲ ਸਟੀਅਰਿੰਗ ਹੈ ਜੀ, ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਜੇ। ਅਗਲੀ ਸਾਈਡ ਮਹਿੰਦਰਾ 265, ਅਤੇ ਜੇ ਗੱਲ ਕੀਤੀ ਜਾਵੇ ਇਸਦੇ ਪ੍ਰਾਈਸ ਦੀ, 2,20,000 ਰੁਪਇਆ ਡਿਮਾਂਡ ਹੈ, ਅਤੇ ਸਿੰਪਲ ਸਟੀਅਰਿੰਗ ਆ, ਮਗਰਾਟ ਲੱਗੇ ਹੋਏ ਜੀ, ਅਗਲੇ 1 ਮਾਡਲ ਹੈ ਜੀ, ਦੇਖ ਸਕਦੇ ਕੰਡੀਸ਼ਨ ਤੁਸੀਂ। ਹੁਣ ਤੁਹਾਨੂੰ ਅਗਲੇ ਟਰੈਕਟਰਾਂ ਲੈ ਕੇ ਚੱਲਦੇ ਹਾਂ, ਚਲੋ। ਸੋਨਾਲੀਕਾ 750 ਇੰਟਰਨੈਸ਼ਨਲ 7 ਮਾਡਲ ਹੈ, 2,90,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਕੰਡੀਸ਼ਨ, HR ਨੰਬਰ ਹੈ, ਅਤੇ ਰੰਗ ਰੋਗਨ ਦਾ ਬਿਲਕੁਲ ਸਾਫ਼ ਪਿਆ ਟਰੈਕਟਰ, ਸਿੰਪਲ ਸਟੀਅਰਿੰਗ ਹੈ ਜੇ ਗੱਲ ਕੀਤੀ ਜਾਵੇ। ਅਗਲੇ ਟਾਇਰ ਨਵੇਂ ਨੇ ਬਿਲਕੁਲ, ਅਤੇ ਮਗਰਲੇ 14-28 ਦੇ ਹੈਗੇ ਨੇ, 40-50% ਟਰੈਕਟਰ ਦੇ ਟਾਇਰ ਹੈਗੇ ਨੇ। ਸਾਈਡ ਗੇਅਰ ਹੈ ਜੀ, ਕੋਈ ਕਮੀ ਨਹੀਂ, ਡਬਲ ਕਲੱਚ ਹੈ ਜੀ, ਦੇਖ ਸਕਦੇ ਬਿਲਕੁਲ ਓਕੇ ਟਰੈਕਟਰ ਪਿਆ। ਇਸ ਸਾਈਡ ਸੋਨਾਲੀਕਾ ਸਿਕੰਦਰ 60 ਜਿਹੜਾ HR ਨੰਬਰ ਹੈ ਜੀ, ਜੇ ਗੱਲ ਕੀਤੀ ਜਾਵੇ 20 ਮਾਡਲ ਹੈ, 6,50,000 ਰੁਪਇਆ ਡਿਮਾਂਡ ਹੈ। ਟਾਇਰ ਬਿਲਕੁਲ ਓਕੇ ਨੇ, ਬਾਕੀ ਰੰਗ ਰੋਗਨ ਤੁਹਾਡੇ ਸਾਹਮਣੇ ਹੈ, ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਵਿੱਚ, ਅਤੇ 60 ਕੈਟਾਗਰੀ ਦੇ ਵਿੱਚ ਟਰੈਕਟਰ। ਅਤੇ ਇੱਧਰਲੀ ਸਾਈਡ ਸਵਰਾਜ 855 4 ਸਟਾਰ ਹੈ, ਰਿਵਰਸ PTO, ਅਤੇ 13 ਮਾਡਲ ਹੈ, 4,60,000 ਰੁਪਇਆ ਡਿਮਾਂਡ ਹੈ, ਅਤੇ ਪਾਵਰ ਸਟੀਅਰਿੰਗ ਹੈ ਜੀ ਟਰੈਕਟਰ, ਅਤੇ ਟਾਇਰ ਬਿਲਕੁਲ ਨਵੇਂ ਨੇ, ਦੇਖ ਸਕਦੇ ਕੰਡੀਸ਼ਨ ਤੁਸੀਂ, 14-28 ਦੇ ਟਾਇਰ ਨੇ, ਮਗਰਲੇ ਨਵੇਂ ਨੇ ਬਿਲਕੁਲ, ਹਜੇ ਹੁਣੇ ਹੀ ਚੜਾਏ ਹੋਏ ਨੇ। ਅਤੇ ਇੱਧਰ ਇੰਡੋ ਫਾਰਮ 3065 ਜੇ ਗੱਲ ਕੀਤੀ ਜਾਵੇ, 21 ਮਾਡਲ ਹੈ, ਅਤੇ 4,90,000 ਰੁਪਇਆ ਡਿਮਾਂਡ ਹੈ, 4,90,000 ਰੁਪਇਆ ਡਿਮਾਂਡ ਹੈ। ਪਾਵਰ ਸਟੀਅਰਿੰਗ ਹੈ ਜੀ, 3065 ਮਾਡਲ ਹੈ ਜੀ, DI ਆ, ਰਿਵਰਸ PTO, ਟਾਇਰ 16-28 ਦੇ ਨੇ ਜੀ, ਬੈਕ ਵਾਲੇ, ਅਗਲੇ ਵੀ 3 ਲੀਆਂ ਵਾਲੇ ਨੇ ਟਾਇਰ, ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ, ਰੰਗ ਰੋਗਨ ਦਾ ਬਿਲਕੁਲ ਓਕੇ ਆ। ਇੱਧਰ ਹੈਗਾ ਸਵਰਾਜ 5 ਸਟਾਰ ਹੈ ਜੀ, ਰਿਵਰਸ PTO, ਅਤੇ ਜੇ ਗੱਲ ਕੀਤੀ ਜਾਵੇ 20 ਮਾਡਲ ਹੈ, ਅਤੇ 6,30,000 ਰੁਪਇਆ ਡਿਮਾਂਡ ਹੈ। ਦੇਖ ਸਕਦੇ ਕੰਡੀਸ਼ਨ, ਪਾਵਰ ਸਟੀਅਰਿੰਗ ਹੈ ਜੀ, ਅਤੇ ਜਿਹੜਾ ਡਬਲ ਕਲੱਚ ਆਉਂਦਾ ਜੀ, ਇਹ PTO ਕਲੱਚ ਵੱਖਰਾ ਆਉਂਦਾ, ਦੇਖ ਸਕਦੇ ਕੰਡੀਸ਼ਨ ਤੁਸੀਂ, 16-28 ਦੇ ਟਾਇਰ ਹੈ ਜੀ ਇਹਨੂੰ। ਇਸ ਸਾਈਡ ਸੋਨਾਲੀਕਾ 750 ਸਿਕੰਦਰ, ਫਿਰ ਸਿਕੰਦਰ ਆ ਗਿਆ ਜੀ, ਜੇ ਗੱਲ ਕੀਤੀ ਜਾਵੇ ਹਰਿਆਣਾ ਨੰਬਰ ਹੈ ਜੀ, 19 ਮਾਡਲ ਹੈ, 5,10,000 ਰੁਪਇਆ ਡਿਮਾਂਡ ਹੈ। ਅਤੇ ਇਹ ਜਿਹੜੀ ਕੈਟਾਗਰੀ ਹੁੰਦੀ ਹੈ ਇਹਦੀ, 55 HP ਦੇ ਵਿੱਚ ਇਹ ਟਰੈਕਟਰ ਆਉਂਦਾ, ਡਬਲ ਕਲੱਚ, 14-28 ਦੇ ਟਾਇਰ ਹੈ ਜੀ, ਦੇਖ ਸਕਦੇ ਕੰਡੀਸ਼ਨ ਤੁਸੀਂ।
ट्रैक्टर की वीडियो वो तो शेयर कर दो। तलवंडी मंडी च खड़े हो, तलवंडी साबो तो पंजाब की मंडी है जी, तो वीडियो वो शेयर कर दो। अगले बन्ने है 485 आशा, यह है 17 मॉडल, 4,45,000 रुपया डिमांड है। देख सकते कंडीशन तुसी ट्रैक्टर की, पावर स्टेयरिंग है जी, टायर बिल्कुल ओके ने, 1428 के टायर है जी, देख सकते कंडीशन। अगली साइड सोनालिका DI-60, तो यह है 10 मॉडल, 2,35,000 रुपया डिमांड, राजस्थान नंबर है जी, देख सकते तुसी, सिंपल स्टेयरिंग है जी, टायर की कंडीशन तुहाडे सामने आ। तो इस साइड स्कॉट का हैगा जी, मॉडल 91 मॉडल है, 1,40,000 रुपया डिमांड है, देख सकते कंडीशन, सिंपल स्टेयरिंग है, अगले टायर बिल्कुल ओके, मगरले भी ओके है जी टायर, देख सकते। आशा यह है 94 मॉडल है, 1,31,000 रुपया डिमांड है, देख सकते जी, सिंपल स्टेयरिंग है। तो वीडियो वो तो शेयर कर दो, लाइक कर दो जी वीडियो। तो इस साइड फिर आशा 99 मॉडल है, 1,25,000 रुपया डिमांड है, देख सकते सिंपल स्टेयरिंग है, कोई कमी पेशी नहीं ट्रैक्टर के, देख सकते जी, रंग रोगन नाल दा ओरिजिनल है। इस साइड आशा नवा लगा होया, सिंपल स्टेयरिंग है, जे गल की जाए नवा लगा इतने, तो मान लो हजे तो वह भी नहीं लथे, कागज भी नहीं लथे, नवा ही आया इतने, तो इतने कोई कंपनी वगैरह होएगी इनकी आशा दी नीयर, तो उन्होंने लाया इतने, देख सकते तुसी बिल्कुल नवा। तो वीडियो वो तो शेयर कर दे, धन्यवाद।